ਤ੍ਰਿਪਤ ਹੋ ਜਾਣਾ ਮੁੜ ਕੇ ਕ੍ਰਿਸ਼ਨਾ ਦੀ ਭੁੱਖ ਨਹੀਂ ਲੱਗੇ। ਸੋ
ਇਸ ਨਾਮ ਦੀ ਮਹਿਮਾ ਭਗਤ ਕਬੀਰ ਜੀ ਦੇ ਰਸਨਾ ਰਾਹੀਂ ਬਖਸ਼ਿਸ਼ ਹੋ ਰਹੀ ਹੈ। ਹਰ ਕਾ ਨਾਮ ਨਾ ਜਪ ਸੇ ਗਵਾਰਾ, ਗਵਾਰ ਗਵਾਰ ਕਹਿੰਦੇ ਨੇ ਛੋਟੀ ਮੱਤ ਵਾਲੇ, ਜਿਹਦੀ ਮੱਤ ਬਹੁਤੀ ਛੋਟੀ ਹੋਵੇ। ਸੋ ਜਿਸਨੇ ਵਾਹਿਗੁਰੂ ਨੂੰ ਜਾਣਿਆ ਤੇ ਉਹਦੀ ਮੱਤ ਛੋਟੀ ਬਣੀ ਗਈ। ਜਿਸਨੂੰ ਰੱਬ ਦੀ ਨਾ ਰੇਖਾ ਵੀ ਕਦੇ ਵੀ ਆਪਾਂ ਪਰਮੇਸ਼ਰ ਦੇ ਦਰਸ਼ਨ ਤਾਂ ਹੁੰਦੇ ਹੀ ਨਹੀਂ, ਇਸ ਕਰਕੇ ਸਾਰੇ ਹੀ ਛੋਟੀ ਮੱਤ ਵਾਲੇ ਨਾ। ਹੇ ਛੋਟੀ ਮੱਤ ਵਾਲੇ ਜੀਵ, ਕਿਉਂ ਨਹੀਂ ਵਾਹਿਗੁਰੂ ਦਾ ਨਾਮ ਜਪਦਾ? ਕਿਆ ਸੋਚਿਆ ਵਾਰ ਵਾਰ? ਅਤੇ ਛੋਟੀ ਮੱਤ ਵਾਲੇ ਦੀ ਸੋਚ ਹੈ ਜਿਹੜੀ, ਉਹ ਵੀ ਛੋਟੀ ਹੁੰਦੀ ਹੈ। ਉਹ ਸੋਚਣ 'ਤੇ ਹੀ ਲੱਗਿਆ ਰਹਿੰਦਾ ਵੀ ਅੱਜ ਜਪ ਲੂੰ, ਕੱਲ੍ਹ ਨੂੰ ਜਪ ਲੂੰ, ਅੱਜ ਜਪ ਲੂੰ, ਕੱਲ੍ਹ ਨੂੰ ਜਪ ਲੂੰ, ਅੱਜ ਕੱਲ੍ਹ ਕਰਦੇ ਹਾਂ ਕਾਲ ਵਿਆਪਾਰ। ਸੋ ਗੁਰਬਾਣੀ ਦੇ ਬਚਨ ਹਨ ਕਿ ਅੱਜ ਆ ਕੱਲ੍ਹ ਕਰਦੇ ਹਾਂ, ਕਰਦੇ ਹਾਂ ਰੋਜ਼, ਅੱਜ ਅੱਜ ਆ ਗਿਆ ਕੱਲ੍ਹ ਨੂੰ ਕਰੂੰਗਾ, ਕੱਲ੍ਹ ਨੂੰ ਕਰ ਗਿਆ ਪਰਸੋਂ ਕਰੂੰਗਾ, ਅਤੇ ਬੰਦਾ ਬੜੀਆਂ ਦਿਨ 'ਚ ਜਾ ਲੈਂਦਾ। ਇਹੀ ਸੋਚ ਇਹਨੂੰ ਨਾਮ ਇਹ ਵੀ ਜਪਣ ਦਿੰਦੀ। ਸੋ ਭਗਤ ਕਬੀਰ ਜੀ ਕਹਿੰਦੇ ਨੇ ਸੋਚ ਦੇ ਵਿੱਚ ਨਾ ਪੈ, ਸੋਚ ਤੈਨੂੰ ਕਾਲ ਦੇ ਚੱਕਰ ਵਿੱਚ ਪਾ ਦੇਣੀ। ਇਹ ਇਹ ਸੋਚਣਾ ਨਾਮ ਜਪਣ ਵੇਲੇ ਸੋਚਣਾ ਨਹੀਂ, ਮਨ ਹਰ ਜਪਦੇ ਆ ਢਿੱਲਣਾ ਕੀਚੇ ਮੇਰੀ ਜਿੰਦੜੀ ਹੈ, ਮਤ ਕੇ ਜਾਪੈ ਸਾ ਆਵੈ ਕੇ ਨਾ ਆਵੈ ਨਾ। ਵਾਹਿਗੁਰੂ ਦਾ ਨਾਮ ਜਪਣ ਲੱਗਿਆ ਢਿੱਲਣਾ ਕਰ, ਕੋਈ ਪਤਾ ਨਹੀਂ ਵੀ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਕਿਹਦੇ ਕੋਲ ਗਰੰਟੀ ਹੈ? ਫਰੀਦਾ ਠੇਖਣ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਠੇਖਣ ਫਰੀਦਾਂ ਦੀ ਫਕੀਰਾਂ ਦੀ ਗੋਦੜੀ ਹੁੰਦੀ ਹੈ ਜਿਹਨੂੰ ਤੋਪੇ ਲੱਗੇ ਹੁੰਦੇ ਨੇ, ਤੋਪੇ ਭਗਤ ਕਬੀਰ ਜੀ ਕਹਿੰਦੇ ਨੇ ਜਿਹੜੀ ਜਿਹੜੀ ਟਾਕੀ ਹੈ ਨਾ, ਉਹ ਤੋਪਿਆਂ ਦੇ ਸਹਾਰੇ ਬਣ ਜਾਂਦੀ ਹੈ। ਤੇਰੀ ਜਿੰਦ ਨੂੰ ਕੋਈ ਸਰੀਰ ਨਾਲ ਟਾਕਾ ਲੱਗੇ ਹੀ ਨਹੀਂ ਹੋਇਆ, ਜਦ ਸਰੀਰ ਦੇ ਵਿੱਚੋਂ ਜਿੰਦ ਨੇ ਨਿਕਲਣਾ ਹੈ, ਕਿਹੜਾ ਟਾਕਾ ਰੋਕੇਗਾ ਇਹਨੂੰ? ਕੌਣ ਫੜ ਕੇ ਰੋਕ ਸਕਦਾ ਸਰੀਰ ਦੇ ਵਿੱਚੋਂ ਰੂਹ ਨਿਕਲ ਗਈ? ਸੋ ਇਸ ਕਰਕੇ ਕਹਿੰਦੇ ਹਨ ਭਗਤ ਕਬੀਰ ਜੀ ਕਿ ਸੋਚ ਦੇ ਵਿੱਚ ਨਾ ਪੈ, ਸੋਚ ਨੇ ਤੇਰੀ ਮਦਦ ਨਹੀਂ ਕਰਨੀ। ਵਾਹਿਗੁਰੂ ਦੇ ਨਾਮ ਨੂੰ ਜਪ ਜਪਣਾ ਤੇਰੇ ਪਿਆਰ ਤੇਰੇ ਅੰਦਰ ਪੈਦਾ ਕਰੇ। ਸੋ ਹੁਣ ਮਹਿਮਾ ਦੱਸਾਉਂਦੇ ਹਨ ਨਾਮ ਜਪਣ ਦੀ, ਕਿਆ ਪੜ੍ਹੀ ਹੈ, ਕਿਆ ਸੁਣੀ ਹੈ, ਕਿਆ ਵੇਦ ਪੁਰਾਣ ਨਾਲ ਸੁਣੀ ਹੈ। ਪੜ੍ਹ ਵੀ, ਪੜ੍ਹਾਈ ਕਰਕੇ ਗੁਣਾਂ ਨੂੰ ਗ੍ਰਹਿਣ ਵੀ ਕਰ, ਵੇਦ ਵੀ ਸੁਣ, ਪੁਰਾਣਾਂ ਦਾ ਵੀ ਕਥਾ ਸੁਣ। ਪਰ ਇਹ ਸੁਣ ਦਾ ਭਾਵ ਇਹ ਹੈ, ਪੜ੍ਹੇ ਸੁਣੇ ਕਿਆ ਹੋਈ, ਪੜ੍ਹਨਾ ਸੁਣਨ ਨਾਲ ਕੀ ਹੋ ਜਾਵੇਗਾ? ਜੋ ਸਹਿਜ ਨਾ ਮਿਲੇ ਉਹ ਸੋਈ, ਜੋ ਮਨ ਦੇ ਵਿੱਚ ਸਹਿਜ ਨਾ ਉਤਰਿਆ। ਤੇਰੇ ਮਨ ਦੇ ਵਿੱਚ ਇਹਨਾਂ ਦਾ ਭਾਵ ਜੋ ਸਹਿਜ ਹੈ, ਪੜ੍ਹਨਾ, ਗੁਣਨਾ, ਵੇਦ ਪੁਰਾਣ, ਇਹਨਾਂ ਦੀ ਕਥਾ ਸੁਣਨੀ, ਇਹ ਸੁਣ ਕੇ ਮਨੁੱਖ ਦੇ ਹਿਰਦੇ ਦੇ ਅੰਦਰ ਸਹਿਜ ਵਸਾਉਣਾ। ਸਹਿਜ ਕੀ ਹੁੰਦਾ? ਜਿੱਥੇ ਜੀਵਨ ਦਾ ਲਾਲਚ ਨਾ ਹੋਵੇ, ਮੌਤ ਦਾ ਡਰ ਨਾ ਹੋਵੇ, ਉਹਨੂੰ ਸਹਿਜ ਕਹਿੰਦੇ। ਮੌਤ ਤੋਂ ਡਰੇ ਨਾ ਬੰਦਾ, ਅਤੇ ਸੁੱਖਾਂ ਦਾ ਜੀਵਨ ਦਾ ਲਾਲਚ ਨਾ ਹੋਵੇ, ਉਹ ਸਹਿਜ ਦੀ ਅਵਸਥਾ ਹੁੰਦੀ। ਸੋ ਜੇ ਸਹਿਜ ਨਾ ਮਿਲਿਆ, ਇਹਨਾਂ ਨੂੰ ਪੜ੍ਹ ਕੇ ਵੇਦ ਪੁਰਾਣ ਪੜ੍ਹਨਾ ਸੁਣਨ ਦਾ ਭਾਵ ਇਹ ਹੈ, ਤੇਰੇ ਹਿਰਦੇ ਅੰਦਰ ਸਹਿਜ ਪੈਦਾ ਹੋਵੇ, ਮੌਤ ਤੋਂ ਨਿਰਭਉ ਹੋ ਜਾਣੇ, ਜੀਵਨ ਦਾ ਲਾਲਚ ਮੁੱਕ ਜਾਵੇ। ਹੰਧਿਆਰੇ ਦੀ ਚਾਹੀ ਹੈ, ਦੇਖੋ ਕਿੰਨੀਆਂ ਸਾਦੀਆਂ ਉਦਾਹਰਨਾਂ ਭਗਤ ਕਬੀਰ ਜੀ ਦਿੰਦੇ ਹਨ ਕਿ ਜਿੱਥੇ ਅੰਧੇਰਾ ਹੋਵੇ ਨਾ, ਉੱਥੇ ਦੀਵਾ ਚਾਹੀਦਾ। ਜਿਹੜੇ ਘਰ ਦੇ ਵਿੱਚ ਬਿਜਲੀ ਨਾ ਲੱਗੀ, ਬੱਤੀ ਨਾ ਹੋਵੇ, ਉੱਥੇ ਠੰਡੇ ਖਾਊਗਾ। ਜਿਵੇਂ ਜਿਹੜਾ ਅੰਧੇਰਾ, ਅੰਧੇਰੇ ਦਾ ਆਸਰਾ ਲੈ ਕੇ ਰੱਸੀ ਵੀ ਸੱਪ ਦਾ ਰੂਪ ਬਣਾ ਦਿੰਦੀ। ਇਹ ਵੇਦਾਂ ਪੁਰਾਣਾਂ ਦੇ ਵਿੱਚ ਇਹ ਅਧਿਆਰ ਲਾਈ ਹੈ ਕਿ ਰੱਸੀ ਹੈ ਜਿਹੜੀ, ਅੰਧਿਆਰ ਹਨੇਰਾ ਜਿਹੜਾ ਆ ਗਿਆ ਤਾਂ ਇੰਨਾ ਬਲ ਹੈ ਇਹਨਾਂ ਦੇ ਵਿੱਚ, ਰੱਸੀ ਸੱਪ ਬਣ ਜਾਂਦੀ ਹੈ। ਜਦ ਸਾਡੇ ਸਾਹਮਣੇ ਰੱਸੀ ਉੱਤੇ ਪੈਰ ਕੇ ਬੰਦਾ ਚੀਕ ਮਾਰਦਾ, ਕੋਈ ਸੱਪੇ ਸੀ ਨਿਕਲ ਜਾਂਦਾ, ਤਰਾਹ ਨਿਕਲ ਜਾਂਦਾ। ਸੋ ਇਸੇ ਤਰੀਕੇ ਨਾਲ ਜਿਹੜੀ ਚੀਜ਼, ਜਿਹੜਾ ਮਨ ਦਾ ਅਗਿਆਨ ਹੈ, ਮਨ ਦੇ ਅਗਿਆਨ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਹਨ, ਉਹ ਵੱਡੇ ਵੱਡੇ ਜ਼ਿੰਦਗੀ ਦੇ ਪੁਆੜੇ ਪਾ ਕੇ ਮਨੁੱਖ ਨੂੰ ਜ਼ਿੰਦਗੀ ਦੇ ਰਾਹ ਤੋਂ ਉਲਟਾ ਦਿੰਦੀਆਂ, ਸਾਰੀ ਜ਼ਿੰਦਗੀ ਇਹਦੀ ਖਾ ਜਾਂਦੀਆਂ ਹਨ, ਜਿਸ ਬੰਦੇ ਦੇ ਮਨ ਦੇ ਵਿੱਚ ਹਨੇਰਾ। ਸੋ ਸਤਿਗੁਰੂ ਕਹਿੰਦੇ ਹਨ ਬਾਣੀ ਦੇ ਵਿੱਚ ਕਿ ਅੰਧਕਾਰ ਸੁਖ ਕਬੂ ਨਾ ਸੋਊ ਹੈ, ਰਾਜਾ ਰੰਗ ਦੋ ਮਿਲ ਰੂਪ ਹੈ।
ਜਿਹੜੇ ਮਨੁੱਖ ਨੂੰ ਮਨ ਦਾ ਹਨੇਰਾ ਪੈ ਗਿਆ ਨਾ, ਚਾਹੇ ਉਹ ਬਾਦਸ਼ਾਹ ਤੇ ਚਾਹੇ ਉਹ ਕੰਗਾਲ ਹੈ, ਦੋਵਾਂ ਨੂੰ ਕਦੇ ਵੀ ਸੁੱਖ ਪ੍ਰਾਪਤ ਨਹੀਂ ਹੋਣਾ। ਮਨ ਦਾ ਹਨੇਰਾ, ਮਨ ਦਾ ਅੰਨਾ ਇਨਸਾਨ ਹੈ ਜਿਹੜਾ, ਉਹ ਦੁਖੀ ਹੋਵੇਗਾ, ਚਾਹੇ ਉਹ ਬਾਦਸ਼ਾਹ ਤਖ਼ਤ ਦੇ ਉੱਤੇ ਬੈਠਾ ਹੈ ਤੇ ਚਾਹੇ ਉਹ ਕੰਗਾਲ ਹੈ, ਉਹਦੇ ਕੋਲ ਕੁਛ ਵੀ ਰੋਟੀ ਖਾਣ ਨੂੰ ਕੁਛ ਨਹੀਂ, ਦੋਵੇਂ ਦੁਖੀ ਹੋਣਗੇ। ਸੋ ਅੰਧਿਆਰੇ ਦੀ ਇਹੀ ਹੈ, ਅੰਧਿਆਰੇ ਦੇ ਵਿੱਚ ਹੀ ਮਨ ਦੇ ਹਨੇਰੇ ਦੇ ਵਿੱਚ ਅੱਖਾਂ ਮੀਚ ਕੇ ਦੇਖੋ ਵੀ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ, ਜੇ ਨਹੀਂ ਹੁੰਦੇ ਫਿਰ ਅਸੀਂ ਇੰਨੇ ਹੀ ਹਾਂ। ਇਸ ਅੰਧੇਰੇ ਦੇ ਵਿੱਚ ਦੀਪ ਵੀ ਚਾਹੀਦਾ ਗਿਆਨ ਦਾ, ਇੱਕ ਵਸਤ ਅਗੋਚਰ ਲਈ ਹੈ, ਅਗੋਚਰ ਵਸਤੂ ਹੈ ਜਿਹੜੀ ਅੱਖਾਂ, ਜਿਹੜੀ ਸਰੀਰ ਦੀਆਂ ਇੰਦਰੀਆਂ ਨਾਲ, ਸਰੀਰ ਦੇ ਬਲ ਨਾਲ, ਮਨ ਨਾਲ, ਧਨ ਨਾਲ ਸਾਨੂੰ ਕੁਝ ਕਦੇ ਵੀ ਪ੍ਰਾਪਤ ਨਾ ਹੋਵੇ। ਨਾਮ ਕਿਹਨੂੰ ਪ੍ਰਾਪਤ ਹੋ ਸਕਦਾ ਹੈ? ਜੋਰ ਦੇ ਨਾਲ ਅਸੀਂ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦੇ। ਸੋ ਅਗੋਚਰ ਵਸਤੂ ਹੈ, ਹਰੇਕ ਨੂੰ ਲੋੜ ਹੈ, ਹਰੇਕ ਦੀ ਰੂਹ ਦੀ ਖੁਰਾਕ ਹੈ ਬਾਣੀ, ਹਰੇਕ ਦੀ ਰੂਹ ਦੀ ਖੁਰਾਕ ਹੈ ਨਾਮ। ਜਿੰਨਾ ਚਿਰ ਇਹ ਪ੍ਰਾਪਤ ਨਹੀਂ ਹੁੰਦਾ, ਉਹਨਾਂ ਚਿਰ ਤੱਕ ਤਨ ਦੇ ਮਨ ਦੇ ਵਿੱਚ ਹਨੇਰਾ ਹੀ ਰਹੇਗਾ। ਬਸ ਅਗੋਚਰ ਪਾਈ ਘਟਦੀ ਰਹਿਆ ਸਮਾਈ, ਸੋ ਭਗਤੀ ਦਇਆ ਕਰਦਾ ਅਗੋਚਰ ਵਸਤੂ ਜਿਹਨੂੰ ਪ੍ਰਾਪਤ ਹੋ ਜਾਂਦੀ ਹੈ, ਉਹਦੇ ਹਿਰਦੇ ਵਿੱਚ ਦੀਪ ਜਗ ਪੈਂਦਾ ਨਾਮ ਦਾ। ਨਾਮ ਦਾ ਜਿਹਦੇ ਹਿਰਦੇ ਅੰਦਰ ਦੀਵਾ ਜਗੇ, ਸੱਚ ਦਾ ਦੀਵਾ ਜਗੇ ਉਹਦੇ ਅੰਦਰ, ਉਹ ਉਸ ਸੱਚ ਦੇ ਆਸਰੇ ਤੁਰਦਾ। ਸੱਚ ਬੋਲ ਕੇ ਦੇਖੋ ਕੋਈ, ਉਹਦੇ ਅੰਦਰ ਇਹੋ ਜਿਹਾ ਦੀਵਾ ਜਗਦਾ ਹੈ ਕਿ ਸਾਰੀ ਦੁਨੀਆਂ ਉਹਦੇ ਮੂੰਹ ਵੱਲ ਦੇਖਦੀ। ਜਿਹੜਾ ਸੱਚ ਬੋਲਦਾ, ਜਿਹਨੇ ਸਿਰ ਤੋਂ ਪਰੇ ਹੋ ਗਿਆ, ਜਿਹੜਾ ਸਰੀਰ ਦੀ ਪਰਵਾਹ ਨਾ ਕੀਤੀ, ਸਾਰੀ ਦੁਨੀਆਂ ਉਹਦੇ ਚਰਨਾਂ ਦੇ ਸੀਸ ਝੁਕਾ ਗਈ। ਕਹਿ ਕਬੀਰ ਆਪ ਜਾਂਦੇ ਹਾਂ, ਜਮ ਜਾਂਦੇ ਹਾਂ ਤਾਂ ਉਹ ਮਨਵਾਉਂਦੇ। ਸੋ ਭਗਤ ਕਬੀਰ ਜੀ ਦਇਆ ਕਰਦੇ ਹਨ ਕਿ ਮੇਰੇ ਉੱਤੇ ਦਇਆ ਕੀਤੀ। ਕਬੀਰ ਜੀ ਕਹਿੰਦੇ ਹਨ ਕਿ ਮੇਰੇ ਉੱਤੇ ਦਇਆ ਮਾਇਆ ਹੋਈ, ਮੈਂ ਵਾਹਿਗੁਰੂ ਨੂੰ ਜਾਣ ਲਿਆ। ਜਦੋਂ ਜਾਣ ਲਿਆ ਨਾ ਕਬੀਰ ਜੀ ਨੇ, ਤਾਂ ਆਪ ਜੀ ਕਾਸ਼ੀ ਦੇ ਵਿੱਚ ਰਹਿੰਦੇ ਸੀ। ਭਗਤ ਕਬੀਰ ਸਾਹਿਬ ਜੀ ਕਾਸ਼ੀ ਦੇ ਚੌਕ ਦੇ ਵਿੱਚ ਆਪ ਖੜੇ ਹੋ ਗਏ। ਕਾਸ਼ੀ ਇਹੋ ਜਿਹਾ ਸ਼ਹਿਰ ਹੈ ਜਿੱਥੇ ਜਿਹੜੀਆਂ ਕੁਆਰੀਆਂ ਕੁੜੀਆਂ ਨੇ ਉਹ ਵੀ ਵੇਦ ਜਾਣਦੀਆਂ। ਇੰਨੇ ਪੰਡਿਤ ਪੜ੍ਹੇ ਲਿਖੇ ਨੇ, ਹਰ ਬੱਚੇ ਨੂੰ ਵੇਦਾਂ ਦਾ ਗਿਆਨ ਹੈ, ਪੁਰਾਣਾਂ ਦਾ ਗਿਆਨ ਹੈ, ਇੰਨੀ ਕਾਸ਼ੀ ਪੜ੍ਹਿਆ ਲਿਖਿਆ ਨਹੀਂ। ਸੋ ਉੱਥੇ ਰਸਤੇ ਜੌਬ ਦੇ ਵਿੱਚ ਪੜ੍ਹ ਕੇ ਭਗਤ ਕਬੀਰ ਸਾਹਿਬ ਕਹਿਣ ਲੱਗੇ, ਮੈਂ ਨਾ ਮਰਾਂ, ਮੈਂ ਨਾ ਮਰਾਂ। ਪੰਡਿਤ ਸਾਰੇ ਇਕੱਠੇ ਹੋ ਗਏ, ਬੀਬੀਆਂ ਇਕੱਠੀਆਂ ਹੋ ਗਈਆਂ ਅਤੇ ਕਹਿਣ ਲੱਗੇ, ਉਹਦੀ ਅਜੀਬ ਗੱਲ ਹੈ, ਤੂੰ ਕਹਿੰਦੇ ਮੈਂ ਨਾ ਮਰਾਂ, ਮੈਂ ਨਾ ਮਰਾਂ, ਮਰੂ ਕੌਣ? ਅਤੇ ਭਗਤ ਕਬੀਰ ਕਹਿੰਦੇ, ਮਰੋਗੇ ਤੁਸੀਂ, ਤੁਸੀਂ ਮਰੋਗੇ। ਅਤੇ ਭਗਤ ਕਬੀਰ ਨੂੰ ਉਹ ਵੇਦ ਪੜ੍ਹੇ ਹੋਏ ਸਾਨੂੰ ਕਹਿੰਦੇ ਵੀ ਇਹ ਰਮਜ ਹੈ ਕੋਈ, ਇਹ ਸਮਝ ਨਹੀਂ ਆਉਂਦੀ ਵੀ ਕਿਵੇਂ ਕਹਿੰਦੇ ਨੇ ਇਹ। ਕਹਿੰਦੇ ਮੈਂ ਮਰੋ, ਮੈਂ ਨਾ ਮਰੋ, ਮਰੋਗੇ ਤੁਸੀਂ, ਅਸੀਂ ਮਰਾਂਗੇ ਤੇ ਤੂੰ ਕਾਹਦੇ ਮਰੇਗਾ? ਭਗਤ ਕਬੀਰ ਜੀ ਨੂੰ ਕਹਿੰਦੇ ਸਾਰੇ ਬ੍ਰਾਹਮਣ, ਫਿਰ ਤੂੰ ਕਾਹਦੇ ਨੂੰ ਮਰੇਗਾ? ਕਹਿੰਦੇ ਮੈਂ ਨਾ ਮਰੋ, ਮਰਵੋ ਸੰਸਾਰਾ, ਆਵ ਮੋਹੇ ਮੇਰੇ ਉਹ ਹੈ ਜੀਆ ਬਣਹਾਰ। ਮੈਂ ਨਹੀਂ ਮਰਦਾ, ਤੁਸੀਂ ਲੋਕੋ, ਲੋਕੋ ਤੁਸੀਂ ਮਰੋਗੇ, ਕਿਉਂਕਿ ਮੈਨੂੰ ਜਵਾਬਣ ਵਾਲਾ ਵਾਹਿਗੁਰੂ ਮਿਲਿਆ। ਜਿਵੇਂ ਮਰ ਗਿਆ ਮੈਨੂੰ ਜਵਾਬਣ, ਤੁਹਾਨੂੰ ਕੌਣ ਜਵਾਬੇਗਾ? ਤੁਹਾਨੂੰ ਮਿਲਿਆ ਹੀ ਪੰਡਿਤ ਚਰਨਾਂ ਦੇ ਝੁਕ ਕੇ, ਚਰਨ ਦਾ ਝੁਕ ਝੁਕ ਨਮਸਕਾਰਾਂ ਕਰਨ ਭਗਤ ਕਬੀਰ ਜੀ ਦੇ। ਸੋ ਆਪ ਜੀ ਦਇਆ ਕਰਦੇ, ਕਹਿ ਕਬੀਰ ਆਪ ਜਾਂਦੇ, ਹੁਣ ਮੈਂ ਜਾਣ ਲਿਆ ਹੈ, ਜਬ ਜਾਣਿਆ ਤਾਂ ਮਨ ਮਾਨਿਆ, ਹੁਣ ਮੈਂ ਜਾਣ ਲਿਆ, ਮੇਰਾ ਮਨ ਅਮਨ ਹੋ ਗਿਆ, ਮਨ ਮੇਰੇ ਮੂਹਰੇ ਬੋਲਦਾ ਨਹੀਂ, ਮਨ ਕੁਛ ਵੀ ਨਹੀਂ ਕਰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਵਿੱਚੋਂ ਖਤਮ ਹੋ ਗਏ, ਮਨ ਜਿਹੜਾ ਹੈ ਉਹ ਵਿਸਰਾਮ ਦੇ ਵਿੱਚ ਆ ਗਿਆ, ਟਿਕਾ ਦੇ ਵਿੱਚ ਆ ਗਿਆ। ਨਾਮ ਜਪ ਆਪਾਂ ਪੜ੍ਹਦੇ ਨੇ, ਮਨ ਜਿਵੇਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਬਖਸ਼ਿਆ ਹੋਇਆ, ਨਾਮ ਜਪ ਪਾਵੇ ਵਿਸਰਾਮ। ਨਾਮ ਜਪਣ ਨਾਲ ਮਨ ਵਿਸਰਾਮ ਪਾਉਂਦਾ, ਟਿਕਾ ਦੇ ਵਿੱਚ ਆਉਂਦਾ, ਪਿਆਰ ਨਾਲ ਜਿਹੜਾ ਜਪੇਗਾ ਉਹਦਾ ਹੀ ਮਨ ਟਿਕੇਗਾ। ਸੋ ਜਪ ਜਾਣਿਆ ਤਾਂ ਮਨ ਮਾਨਿਆ, ਹੁਣ ਜਾਣ ਲਿਆ ਵਾਹਿਗੁਰੂ ਨੂੰ, ਜਪ ਨੂੰ ਫੜ ਲੱਗ ਗਿਆ, ਮਨ ਮੰਨ ਗਿਆ, ਮਨ ਮਾਨੇ ਲੋਕ ਨਾ ਤੀਜਾ। ਕਹਿੰਦੇ ਲੋਕ ਨੇ ਜਿਹੜੇ ਉਹ ਮੰਨਦੇ ਹੀ ਨਹੀਂ, ਲੋਕ ਟਿਚਰਾਂ ਕਰਦੇ ਨੇ ਵੀ ਇਹ ਪਖੰਡ ਕਰਦਾ,
ਐਵੇਂ ਸਾਧ ਬਣਿਆ ਕਰਦਾ, ਕੱਪੜੇ ਪਾਏ ਹੋਏ ਨੇ। ਸੋ ਮਨ ਮਾਨੇ ਲੋਕ ਨਾ ਭਤੀਜੇ ਭਗਤੀ ਕਹਿੰਦੇ ਨੇ, ਤੁਹਾਨੂੰ ਲੋਕ ਐਵੇਂ ਕਹਿਣਗੇ ਜਿਹਨੇ ਨਾਮ ਜਪ ਲਿਆ ਨਾ, ਨਾਮ ਜਪਣ ਵਾਲੇ ਨੂੰ ਦੁਨੀਆਂ ਟਿਚਰਾਂ ਕਰਦੀ। ਲੋਕ ਵਿਰੋਧ ਕਰਨਗੇ ਤੁਹਾਡਾ, ਤੇ ਫਿਰ ਕੀ ਕਰੀਏ, ਨਾ ਭਤੀਜਾ ਟੋਕਿਆ ਕੀਜੇ ਭਾਈ। ਜੇ ਭਤੀ ਜੇ ਲੋਕ ਨੇ ਜਿਹੜੇ ਉਹ ਭਤੀਜਦੇ ਨੀ, ਉਹਨਾਂ ਨੂੰ ਵਿਸ਼ਵਾਸ ਨੀ, ਭਰੋਸਾ ਨੀ ਹੁੰਦਾ, ਤਾਂ ਭਾਈ ਮੈਂ ਕੀ ਕਰ ਸਕਦਾ, ਮੈਂ ਕੀ ਕਰ ਸਕਦਾ। ਲੋਕ ਆਪਣੇ ਰਾਹ ਦੇ ਤੁਹਾਨੂੰ, ਮੈਂ ਆਪਣੇ ਆਨੰਦ ਦੇ ਮਗਰ ਪੈਦਾ। ਇਸ ਕਰਕੇ ਕਿਸੇ ਦੀ ਪਰਵਾਹ ਨਹੀਂ ਕਰਨੀ। ਜਦੋਂ ਮੌਤ ਆਉਂਦੀ ਹੈ, ਉਸ ਵੇਲੇ ਜਿਹੜਾ ਦੁੱਖ ਆਉਂਦਾ, ਹਰੇਕ ਨੂੰ ਆਪਣੇ ਹੱਡਾਂ 'ਤੇ ਸਹਾਰਨਾ ਪੈਂਦਾ। ਸੋ ਉਸ ਵੇਲੇ ਨਾਮ ਜਪਿਆ ਹੋਇਆ, ਕਰਮ ਕਰਦਾ, ਨਾਮ ਜਪਿਆ ਹੋਇਆ ਫਲ ਦਿੰਦਾ ਹੈ, ਕਿਸੇ ਨੇ ਕਿਸੇ ਦੀ ਮਦਦ ਨਹੀਂ ਕਰਨੀ ਹੈ। ਇਸ ਕਰਕੇ ਕਹਿੰਦੇ ਨੇ ਨਾਮ ਜਪ, ਨਾਮ ਜਪ ਕੇ ਆਪਣੇ ਮਨ ਨੂੰ ਵਾਹਿਗੁਰੂ ਦੇ ਪਿਆਰ ਵਿੱਚ ਰੰਗ, ਅਤੇ ਵਾਹਿਗੁਰੂ ਹੀ ਤੇਰੀ ਚਾਰੇ ਪਾਸੇ ਸਹਾਇਤਾ ਕਰੇ। ਸੋ ਕਬੀਰ ਜੀ ਦੀ ਦੱਸਣਾ ਨਾ ਜੀ, ਅੰਮ੍ਰਿਤ ਪ੍ਰਾਪਤ ਹੋਏ ਆਪਾਂ ਨੂੰ, ਉਹਨਾਂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਾਡੇ ਹਿਰਦੇ ਅੰਦਰ ਆਪ ਜੀ ਦਾ ਪਵਿੱਤਰ ਉਪਦੇਸ਼ ਵਸੇ। ਇਸ ਉਪਦੇਸ਼ ਨੂੰ ਕਮਾਉਣ ਲਈ ਆਪਾਂ ਨਾਰਾਇਣ ਦਾਨ ਪ੍ਰਾਪਤ ਹੋਵੇ, ਬਲਬੁੱਤ ਪ੍ਰਾਪਤ ਹੋਵੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਸਾਹਿਬਾਨ ਸਭਨਾਂ ਦੇ ਸਭਨਾਂ ਦੀਆਂ ਹਾਜ਼ਰੀਆਂ ਇਸ ਦਰ 'ਤੇ ਕੁਰਬਾਨ ਕਰਨ, ਭੁੱਲਾਂ ਭਾਤੀਆਂ ਦੀ ਸੇਵਾ ਕਰ ਦੇਣੀ ਜੀ। ਆਪ ਪਤੇ ਬੁਲਾ ਕੇ ਆਸਰਾ ਮੰਗੇ ਗੁਰੂ ਚਰਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ